ਵਾਲਾਂ ਵਿੱਚ ਡੈਂਡਰਫ ਦੀ ਸਮੱਸਿਆ ਨੂੰ ਲੈ ਕੇ ਲੋਕ ਅਕਸਰ ਹੀ ਪਰੇਸ਼ਾਨ ਰਹਿੰਦੇ ਨੇ ਅਤੇ ਸਰਦੀਆਂ ਵਿੱਚ ਇਹ ਸਮੱਸਿਆ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ। ਲੋਕ ਡੈਂਡਰਫ ਤੋਂ ਛੁਟਕਾਰਾ ਪਾਉਣ ਲਈ ਕਈ ਤਰ੍ਹਾਂ ਦੇ ਮਹਿੰਗੇ ਪ੍ਰੋਡਕਟਸ ਦੀ ਵਰਤੋਂ ਵੀ ਕਰਦੇ ਨੇ ਪਰ ਫਿਰ ਵੀ ਕੋਈ ਨਤੀਜਾ ਨਹੀਂ ਮਿਲਦਾ। ਜੇਕਰ ਤੁਸੀਂ ਵੀ ਇਹੋ ਜਿਹੀ ਕਿਸੇ ਸਮੱਸਿਆ ਤੋਂ ਜੂਝ ਰਹੇ ਹੋ ਤਾਂ ਤੁਹਾਡੀ ਸਮੱਸਿਆ ਨੂੰ ਦੂਰ ਕਰਨ ਲਈ ਸਾਡੇ ਕੋਲ ਇੱਕ ਬੇਹੱਦ ਸਸਤਾ ਅਤੇ ਘਰੇਲੂ ਇਲਾਜ ਹੈ ਜਿਸਦਾ ਨਾਮ ਹੈ ਨਿੰਬ ਦਾ ਤੇਲ। ਜੀ ਹਾਂ, ਇਹ ਇੱਕ ਇਹੋ ਜਿਹੀ ਕੁਦਰਤੀ ਚੀਜ਼ ਹੈ ਜਿਸ ਨਾਲ ਡੈਂਡਰਫ ਦੀ ਸਮੱਸਿਆ ਨੂੰ ਜੜੋਂ ਖਤਮ ਕੀਤਾ ਜਾ ਸਕਦਾ ਹੈ। ਨਿੰਬ ਦਾ ਤੇਲ ਇਸ ਦੇ ਐਂਟੀਫੰਗਲ ਅਤੇ ਨਮੀ ਦੇਣ ਵਾਲੇ ਗੁਣਾਂ ਨਾਲ ਜਾਣਿਆ ਜਾਂਦਾ ਹੈ। ਆਓ ਹੁਣ ਤੁਹਾਨੂੰ ਇਸ ਦੀ ਵਰਤੋਂ ਨਾਲ ਡੈਂਡਰਫ ਨੂੰ ਦੂਰ ਕਰਨ ਦੇ ਤਰੀਕੇ ਦੱਸੀਏ। ਪਹਿਲਾ ਤਰੀਕਾ ਹੈ ਕਿ ਐਲੋਵੇਰਾ ਦਾ ਤਾਜ਼ਾ ਜੈਲ ਕੱਢ ਕੇ ਉਸ ਵਿੱਚ ਨਿੰਬ ਦੇ ਤੇਲ ਦੀਆਂ ਕੁਝ ਬੂੰਦਾਂ ਪਾ ਲਓ ਅਤੇ ਉਸ ਪੇਸਟ ਨੂੰ ਵਾਲਾਂ ਉੱਪਰ ਹੇਅਰ ਮਾਸਕ ਦੀ ਤਰ੍ਹਾਂ ਲਗਾਓ ਅਤੇ ਅੱਧੇ ਘੰਟੇ ਲਈ ਉੱਪਰ ਲਗਾ ਕੇ ਛੱਡ ਦਿਓ। ਮਗਰੋਂ ਵਾਲਾਂ ਨੂੰ ਸਧਾਰਨ ਸ਼ੈਂਪੂ ਨਾਲ ਧੋ ਲਵੋ। ਅਜਿਹਾ ਹਫ਼ਤੇ ਵਿੱਚ ਦੋ ਵਾਰ ਕਰਨ ਨਾਲ ਡੈਂਡਰਫ ਖਤਮ ਹੋ ਜਾਵੇਗਾ। ਦੂਜਾ ਤਰੀਕਾ ਹੈ ਜੀ ਨਿੰਬ ਦੇ ਤੇਲ ਅਤੇ ਨਾਰੀਅਲ ਦੇ ਤੇਲ ਦਾ ਸੁਮੇਲ। ਇਹਨਾਂ ਦੋਵਾਂ ਨੂੰ ਬਰਾਬਰ ਮਾਤਰਾ ਵਿੱਚ ਲਵੋ ਅਤੇ ਮਿਕਸ ਕਰਕੇ ਵਾਲਾਂ ਦੀਆਂ ਜੜਾਂ ਤੇ ਲਗਾਓ ਅਤੇ ਹੌਲੀ ਹੌਲੀ ਮਾਲਿਸ਼ ਕਰੋ। ਫਿਰ 45 ਮਿੰਟ ਬਾਅਦ ਵਾਲਾਂ ਨੂੰ ਕਿਸੇ ਵੀ ਸ਼ੈਂਪੂ ਨਾਲ ਧੋ ਲਵੋ। ਇਸੇ ਤਰ੍ਹਾਂ ਨਿੰਬ ਦੇ ਤੇਲ ਵਿੱਚ ਨਿੰਬੂ ਦਾ ਰਸ ਅਤੇ ਨਿੰਬ ਦੇ ਤੇਲ ਵਿੱਚ ਦਹੀਂ ਮਿਲਾ ਕੇ ਸਕੈਲਪ ਤੇ ਲਗਾਉਣ ਨਾਲ ਵੀ ਸਿਕਰੀ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਇਸ ਮਿਸ਼ਰਣ ਨੂੰ ਲਗਾ ਕੇ 30 ਮਿੰਟ ਬਾਅਦ ਸ਼ੈਂਪੂ ਕਰ ਲਵੋ ਅਤੇ ਹਫ਼ਤੇ ਵਿੱਚ ਦੋ ਵਾਰ ਅਜਿਹਾ ਕਰਨ ਨਾਲ ਤੁਹਾਨੂੰ ਰਿਜ਼ਲਟ ਨਜ਼ਰ ਆ ਜਾਵੇਗਾ। ਇਹੋ ਜਿਹੀਆਂ ਹੋਰ ਗੁਣਵੰਤਾ ਭਰੀਆਂ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰੋ ਸਾਡੇ ਚੈਨਲ ਚੜ੍ਹਦੀ ਕਲਾ ਟਾਈਮ ਟੀਵੀ।